ਇਹ 40 ਨਾਲ ਤਾਂ ਕੁਛ ਨੀ ਹੁੰਦਾ, ਮਹਿੰਗੀ ਤਾਂ ਹੋ ਗਈ ਪਹਿਲਾਂ 20 ਰੁਪਏ ਹੁੰਦੀ ਸੀ ਇੱਥੇ ਕੈਂਪਾਂ ਚ, ਹਾਂਜੀ ਫਿਰ 30 ਹੋ ਗਈ, ਹੁਣ 40 ਹੋ ਗਈ, ਕਿਉਂਕਿ ਇਧਰ ਜਗ੍ਹਾ ਹੀ ਨੀ ਮਿਲ ਰਹੀ ਕਿਤੇ ਫੁੱਲ ਆ, ਪਰ ਪੈਸਾ ਵਾਧੂ ਬਣਦਾ ਮੇਰੇ ਹਿਸਾਬ ਨਾਲ, ਸਮਾਨ ਨਹੀਂ ਪੂਰਾ ਆਉਂਦਾ ਹੈ, ਸਾਡੇ ਹੱਥਾਂ ਦਾ ਸਮਾਨ ਸਮੂਨ ਨਹੀਂ ਪੂਰਾ ਆਉਂਦਾ ਬਾਈ, ਐਨ ਆਉਣੋ ਕਿਤੇ ਐਨ ਚੇਤਾ ਆ ਜਾਂਦਾ ਫਿਰ ਸਮਾਨ ਲੈਣਾ ਚਾਹੀਦਾ। ਚਲੋ ਏਦਾਂ ਹੀ ਜ਼ਿੰਦਗੀ ਜਿਉਵਾਂਗੇ ਭਾਈ, ਮੌਸਮ ਵੀ ਉੱਧਰ ਪੂਰਾ ਐਨ, ਅੱਜ ਧੁੰਦ ਵਾਲਾ ਹੋਇਆ ਪਿਆ ਪੂਰਾ ਜ਼ਿਆਦੇ, ਅਤੇ ਉੱਧਰੋਂ ਸ਼ਾਪਿੰਗਾਂ ਵੀ ਪੂਰੀਆਂ ਹੋਈਆਂ, ਟ੍ਰੈਫਿਕ ਬੜਾ ਰਹਿੰਦਾ ਮੋਗੇ ਹਨਾ, 10% ਬਦਮਾਸ਼ੀ, 90% ਬਿੱਲੋ ਦਿਲ ਵਿੱਚ ਤੂੰ, 10% ਬਦਮਾਸ਼ੀ ਬਚੀ। ₹2130 ਦੀ ਰੇਂਜ ਵਿੱਚ ਆ, ਡਿਜ਼ਾਈਨਰ ਆ ਜੀ, ਪੂਰਾ ਪੀਸ ਫੋਟੋ ਵਾਲਾ ਪੀਸ ਆ, ਇਸਟਾ ਦਾ ਡਿਜ਼ਾਈਨਰ ਸੂਟ ਆ, ਇਹ ਬੋਟਮ ਇਸ ਤਰ੍ਹਾਂ ਇਹਦੇ ਨਾਲ ਹੋਰ ਲਿਆ ਚੱਕ ਲਿਆ, ਹੋਰ ਹੋਰ ਸੁਣਾ ਦੇ ਬਲੈਕ ਨਾਲ ਬਲੈਕ ਏਦਾਂ ਡਿਜ਼ਾਈਨਰ ਜਿਹਾ ਹਰ ਟਾਈਮ ਪੈ ਜਾਂਦਾ, ਜਿੱਥੇ ਮਰਜ਼ੀ ਪਾ ਲਾ। ਚਲੋ ਕੰਮ ਨਿਬੜੀ ਗਏ, ਛੱਡੀਏ ਚੱਲੀਏ ਹੁਣ ਆਪਾਂ, ਕੀ ਬਾਂਦਾ ਬਣਾਉਂਦਾ ਮੇਰਾ ਕੰਮ ਥੋੜਾ ਜਿਹਾ, ਮੈਂ ਹੁਣ ਉਹ ਕਰਨਾ, ਮੈਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ, ਮੈਂ ਹੁਣ ਆਪਦਾ ਕੰਮ ਕਰਿਆ। ਮੈਂ ਇੱਧਰ ਘਰ ਭਰੇ ਪਏ, ਉਹ ਸਾਰੀ ਪਾਰਕਿੰਗ ਅੱਜ ਇਹ ਕੈਂਪਾਂ ਲਵਾਈਦੇ ਆ, ਸਾਰੇ ਇੱਧਰ ਬੁਕਿੰਗ ਹੋਈ, ਘਰੇ ਲਾਏ ਪਏ ਆ, ਬਹੁਤ ਪਾਰਕਿੰਗ ਔਖੀ ਹੈ ਬਾਈ, ਹੈ ਨਿਹਰਾ ਪੈਸਾ ਹੀ ਆ, ਮੇਰਾ ਪੈਸਾ ਵਾ, ਸਾਰੇ ਗੱਡੀਆਂ ਲੱਗੀਆਂ, ਆ ਕਿਸੇ ਦਾ ਘਰ ਹੀ ਆ, ਉੱਥੇ ਹੀ ਲਵਾਈ ਜਾਂਦੇ ਆ, ਅੱਜ ਪਰੇ ਫੁੱਲ ਹੋਇਆ ਪਿਆ, ਕਿਉਂ ਵਿਆਹ ਵਿਹਾਂ ਦਾ ਸੀਜ਼ਨ ਹੈ ਨਾ, ਅਤੇ 40 ਰੁਪਈਏ ਲੈਂਦੇ ਆ, ਹਾਂ ਕਿੰਨੀਆਂ ਗੱਡੀਆਂ ਲੱਗੀਆਂ ਅਤੇ ਕਿੰਨੇ ਕਿੰਨੇ 40 ਰੁਪਈਏ ਆ, ਪਰ ਅਗਲਾ ਸੇਫਟੀ ਚਾਹੁੰਦਾ ਅੱਜ ਕੱਲ੍ਹ, ਅਤੇ 40 ਨਾਲ ਤਾਂ ਕੁਛ ਨਹੀਂ ਹੁੰਦਾ, ਮਹਿੰਗੀ ਤਾਂ ਹੋ ਗਈ ਪਹਿਲਾਂ 20 ਰੁਪਈਏ ਹੁੰਦੀ ਸੀ ਇੱਥੇ ਕੈਂਪਾਂ 'ਚ, ਫਿਰ 30 ਹੋ ਗਈ, ਹੁਣ 40 ਹੋ ਗਈ, ਕਿਉਂਕਿ ਇੱਧਰ ਜਗ੍ਹਾ ਹੀ ਨਹੀਂ ਮਿਲ ਰਹੀ ਕਿਤੇ ਫੁੱਲ ਆ, ਪਰ ਪੈਸਾ ਵਾਧੂ ਬਣਦਾ ਮੇਰੇ ਹਿਸਾਬ ਨਾਲ, 30 ਵੀ ਦਿੰਦੇ ਰਹੇ ਪਿੱਛੇ, ਹਾਂ ਚੱਲ ਹੁਣ ਮੈਂ ਆਪਣਾ ਕੰਮ ਵੀ ਬਾਈ ਡਨ ਕਰਿਆ, ਘੰਟਾ ਲੱਗ ਗਿਆ ਸਾਨੂੰ, ਅਤੇ ਹੁਣ ਕੋਈ ਕੰਮ ਕਰ ਫਿਰ ਚੱਲੀਏ। ਅੱਜ ਆਉਣ ਦਾ ਸਾਡਾ ਮਕਸਦ ਇਹ ਸੀ ਵੀ ਮੈਨੂੰ ਸੀਗਾ ਇੱਥੇ ਅਰਜੈਂਟ ਕੰਮ, ਅਤੇ ਮੈਂ ਕਿਹਾ ਵੀ ਮੈਨੂੰ ਤਾਂ ਠੰਡ ਲੱਗਦੀ, ਮੈਂ ਨਹੀਂ ਅੱਜ ਮੋਟਰਸਾਈਕਲ 'ਤੇ ਜਾਣਾ, ਅਤੇ ਉਸਤਾਦ ਜੀ ਕਹਿੰਦੇ ਵੀ
ਮੈਂ ਵੀ ਘਰੇ ਬੈਠੀ ਬੋਰ ਹੁੰਦੀ ਆ ਤੇ ਇਹਨੇ ਥੋੜਾ ਜਿਹਾ ਸਮਾਨ ਲੈਣਾ ਸੀਗਾ ਕੁਛ ਥੋੜਾ ਜਿਹਾ ਉਹ ਬਾਏ ਕਰ ਲਿਆ ਥੋੜੀ ਜਿਹੀ ਇਹਨੇ ਸ਼ੋਪਿੰਗ ਕਰ ਲਈ ਸਮਾਲ ਜੀ ਤੇ ਜਦੋਂ ਤੁਹਾਨੂੰ ਪਤਾ ਵੀ ਆ ਜਾਏ ਤਾਂ ਸਾਡਾ ਫਿਰ ਕੁਛ ਨਾ ਕੁਛ ਤਾਂ ਲੈ ਕੇ ਜਾਂਦਾ ਹੀ ਹੈ ਸਹੀ ਗੱਲ ਆ ਤੇ ਹੁਣ ਇਹਨੂੰ ਵੀ ਥੋੜਾ ਜਿਹਾ ਸਮਾਨ ਸਮੂਨ ਲੈਤਾ ਤੇ ਬਾਕੀ ਓਕੇ ਕੰਮ ਕਰਕੇ ਘੈਂਟ ਹੋਇਆ ਪਿਆ ਚੱਲੀਏ ਫਿਰ ਬਾਈ ਚਲੋ ਬਾਈ ਕਰੀਏ ਸਟਾਰਟ ਚੱਲਦੇ ਹਾਂ ਫਿਰ ਆਪਾਂ ਤੇ ਦੁਕਾਨਾਂ ਵਾਲੇ ਤਾਂ ਆ ਫੜ ਫੜ ਕੇ ਵਿਹਲੀ ਜਾਂਦੇ ਆ ਆ ਜਾਓ ਇੱਥੇ ਬਹੁਤ ਆ ਹਨਾ ਪਿਆਓ ਬਈ ਸਾਡੇ ਸਸਤਾ ਡਿਸਕਾਊਂਟ ਆ ਫਲਾਨਾ ਐ ਕੇਰਾਂ ਦੁਕਾਨ ਚ ਵੜ ਲੈਂਦੇ ਆ ਮਾਰਕੀਟ ਹੈ ਬਹੁਤ ਵਧੀਆ ਭਾਵੇਂ ਅੰਦਰ ਹੋਵੇ ਕੋਈ ਨਾ ਤੇ ਚਲੋ ਬਾਬਾ ਮਿਹਰ ਕਰੇ ਪਿਆਵਾਂ ਦਾ ਸੀਜ਼ਨ ਚੱਲਦਾ ਟ੍ਰੈਫਿਕ ਪੂਰੀ ਆ ਇੱਕ ਆਟੋ ਜੇ ਵਾਲੇ ਵੀ ਆ ਬਾਕੀ ਜਾਮ ਮੌਕੇ ਤਾਂ ਬਈ ਲੱਗਾ ਹੀ ਰਹਿੰਦਾ ਚੱਲ 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 ਦੇ ਦਿਓ ਬਾਈ ਸਾਈਡ ਆਟੋ ਜੇ ਵਾਲੇ ਨਾ ਆਟੋ ਜੇ ਵਾਲੇ ਇਹ ਬੜੇ ਘੁਮਾ ਘੁਮਾ ਲਾਉਂਦੇ ਹੌਲੀ ਬਾਈ ਹੌਲੀ ਵੇਖੀ ਕਿਤੇ ਅੱਜ ਤਾਂ ਬਈ ਐਂ ਲੱਗਦਾ ਸਾਰੀ ਦੁਨੀਆ ਹੀ ਆ ਗਈ ਸ਼ਹਿਰਾਂ ਨੂੰ ਮੋਗੇ ਨੂੰ ਅੱਜ ਤਾਂ ਮੋਗਾ ਵੀ ਚੰਡੀਗੜ੍ਹ ਤੋਂ ਵਧਿਆ ਪਿਆ ਕੰਮ ਆਹ ਕਿੰਨਾ ਬਾਹਰ ਆ ਗਏ ਆਪਾਂ ਫੇਰ ਵੀ ਵੇਖ ਲਓ ਟ੍ਰੈਫਿਕ ਤੇ ਟ੍ਰੈਫਿਕ ਅੱਡੇ ਤੋਂ ਬਾਹਰ ਆ ਗਏ ਆ ਬਾਜ਼ਾਰ 'ਚ ਤਾਂ ਕੋਈ ਹਾਲ ਹੀ ਨਹੀਂ ਨਾ ਕਮਾਲ ਹੋਈ ਪਈ ਆ ਕੀ ਕਹਿਣਾ ਚਾਹੋਗੇ ਅੱਗੇ ਕੱਢ ਕੇ ਹੁਣ ਮਸਾਂ ਨੈਸਲੇ ਦੇ ਕੋਲੇ ਲਾਈ ਆ ਕਿਉਂਕਿ ਮੋਗੇ ਬਹੁਤ ਔਖਾ ਵੀ ਗੱਡੀ ਦਾ ਸਿਸਟਮ ਬਹੁਤ ਔਖਾ ਲਓ ਬਈ ਮਿੱਤਰ ਪਿਆਰੇ ਇੱਕ ਪਾਸੇ ਆਏ ਆ ਤੇ ਦੂਜੇ ਪਾਸੇ ਜਾਣ ਦੀ ਤਿਆਰੀ ਆ ਹੁਣ ਮੇਰੇ ਨਾਨਕੀ ਜਾਣੀ ਆ ਭਾਜੀ ਦੇਣ ਅਤੇ ਗੋਰਾ ਕਹਿੰਦਾ ਵੀ ਹੁਣ ਜਾ ਕੇ ਦੇ ਹੀ ਆਉਂਦੇ ਹਾਂ ਅਤੇ ਮੈਂ ਇੱਕ ਵਾਰੀ ਕੱਪੜੇ ਬਦਲਤੇ ਸੀ ਦੁਬਾਰਾ ਫਿਰ ਉਹੀ ਕੱਪੜੇ ਪਾਲੇ ਆ ਚਾਹ ਪੀਤੀ ਘਰ ਆ ਗਏ ਅਤੇ ਹੁਣ ਫਿਰ ਚੱਲਦੇ ਹਾਂ ਨਾਨਕੇ ਹਾਂਜੀ ਉਸਤਾਦ ਜੀ ਸਿਲਾਈ ਕਰਦੇ ਕੱਪੜੇ ਦਿਓ ਕਿਉਂ ਅਤੇ ਹੋਰ ਫਿਰ ਮਸਾਂ ਹੀ ਸੀਨੇ ਆ ਸ਼ਨੀਵਾਰ ਦੀ ਹੁਣੇ ਲਿਆਂਦੇ ਆ ਹੁਣੇ ਹੀ ਸਵਾਈ ਦੇਣਾ ਬਾਈ ਕਿਉਂ ਲਾ ਕੇ ਸਮਝਾ ਦਿੰਦੀ ਕੋਈ ਨਾ ਹਾਂ ਫੜਾਇਓ ਫੜਾਇਓ ਉਧਰ ਆਉਂਦੇ ਨੂੰ ਕੋਈ ਆ ਜਾਂ ਫਿਰ ਅੱਖ ਨਹੀਂ ਫੜਾਈ ਜਾਣੀ ਦੇਖਿਆ ਬਾਈ ਹੁਣੇ ਲਿਆਂਦੇ ਹੁਣੇ ਸਵਾਈ ਦੇ ਆ ਐਡੀ ਕਾਹਲੀ ਹੁੰਦੀ ਆਪਾਂ ਨੂੰ ਕਦੇ ਹੁੰਦੀ ਮੁੰਡਿਆਂ ਨੂੰ ਇੰਨੀ ਟੈਨਸ਼ਨ ਨਹੀਂ ਕਿਉਂਕਿ ਆਪਾਂ ਨੂੰ ਸੀਪੀ ਸਪਾਈ ਮਿਲ ਜਾਂਦੇ ਆ ਇਹਨਾਂ ਦੀਆਂ ਵੇਖੋ ਇੱਧਰ ਗੰਢਲੀਆਂ ਵੱਢੀਆਂ ਆ ਲੈ ਪਰਸੀ ਭਰਤੀ ਆ ਕਹਿੰਦੀ ਦੇ ਕੇ ਆਓ ਲੈ ਭਾਈ ਲੈ ਚੱਲੇ ਨਹੀਂ ਉਹ ਵੀ ਆਉਂਦਾ ਗੋਰਾ ਇਹਨਾਂ ਦਾ ਨਾ ਰਹਿ ਜੇ ਭਰਾਵਾ ਹੋਰ ਕੰਮ ਰਹਿ ਜੇ ਚੰਗਾ ਭਾਈ ਓਕੇ ਜੀ ਪਹੁੰਚ ਗਏ ਆਪਣੇ ਨਾਨਕੇ ਪਿੰਡ ਤੇ ਆ ਗਿਆ ਬਈ ਆਪਣੀ ਨਾਨਕਿਆਂ ਦਾ ਘਰ ਤੇ ਹੁਣ ਦੇ ਕੇ ਭਾਜੀ ਆਪਾਂ ਜਦੇ ਥੋੜਾ ਟਾਈਮ ਹੀ ਬੈਠਣਾ ਕਿਉਂਕਿ ਸ਼ਾਮ ਹੋਈ ਪਈ ਹੈ ਜਦੇ ਵਾਪਸੀ ਆਪਣੀ ਮਿੱਤਰਾ ਨਿੱਕੂ ਜੀ ਨਿੱਕੂ